ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਹੋਰ ਮੇਰੇ ਭਰਾ ਠੀਕ ਠਾਕ ਨੇ ਸਾਰੇ? ਇਹ ਜਿਹੜੀ ਕੈਮਰੇ ਅੱਗੇ ਤੁਸੀਂ ਮੱਝ ਦੇਖ ਰਹੇ ਹੋ, ਇਹ ਮੱਝ ਅੱਜ 6 ਤੋਂ 7 ਦਿਨ ਤੋਂ ਬਿਮਾਰ ਚੱਲਦੀ ਪਈ ਸੀ, ਮਤਲਬ ਕਾਫੀ ਕੰਡੀਸ਼ਨ ਇਹਦੀ ਖਰਾਬ ਡਾਊਨ ਚੱਲਦੀ ਪਈ ਸੀ, ਅਤੇ ਅੱਜ ਉਹ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਮੱਝ ਕਾਫੀ ਸੁਧਾਰ ਆ, ਬਚ ਗਈ ਆ, ਮੋੜਾ ਪੈ ਗਿਆ ਵਾ, ਅਤੇ ਪੱਠੇ ਖਾ ਰਹੀ ਆ ਤੁਹਾਡੇ ਸਾਹਮਣੇ, ਵੇਖੋ ਕੈਮ ਆ, ਕਿਉਂਕਿ ਇਹਦਾ 6 ਦਿਨ ਪਹਿਲਾਂ ਬਹੁਤ ਕੰਡੀਸ਼ਨ ਹਾਲ ਇਹਦਾ ਖਰਾਬ ਸੀ, ਇਹਨੂੰ ਅੱਜ 5-6 ਦਿਨ ਤੋਂ ਬੁਖਾਰ ਉੱਤਰ ਚੜ੍ਹ ਰਿਹਾ ਸੀ, ਅਤੇ ਬਾਕੀ ਇੱਦਾਂ ਹੀ ਕਿ ਚਲੋ ਜਿਵੇਂ ਵੀ ਬੁਖਾਰ, ਜੋ ਵੀ ਟ੍ਰੀਟਮੈਂਟ ਆਪਣੇ ਭਰਾਵਾਂ ਨੇ ਵੀਰੇ ਜਿਹੜੇ 2-3 ਲੱਗੇ ਰਹੇ ਸੀ ਹੈ ਨਾ, ਅਤੇ ਆਪਣਾ ਨੋਰਮਲ ਜਿਹੜਾ ਟ੍ਰੀਟਮੈਂਟ ਇਹਦਾ ਹੁੰਦਾ ਰਿਹਾ ਸੀ, ਜਿਵੇਂ ਮਤਲਬ NS ਲੱਗਦੀ ਰਹੀ ਅਤੇ ਔਕਸੀ ਲੱਗਦੀ ਰਹੀ ਹੈ ਨਾ, ਇਹ ਕੋਈ ਜ਼ਿਆਦਾ ਨਹੀਂ ਗੱਲ ਹੁੰਦੀ ਵੱਡੀ, 7 ਮਹੀਨਿਆਂ ਦੀ ਗੱਭਣ ਜਾ ਰਹੀ ਆ ਮੱਝ, ਅਤੇ ਜਿਹੜੀ ਔਕਸੀ ਆਪਾਂ ਇੰਜੈਕਸ਼ਨ ਹੈ ਤੁਹਾਨੂੰ ਪਤਾ ਅਨਸੇਫ ਆ, ਅਤੇ ਹੈ ਨਾ ਇਹ ਜ਼ਿਆਦਾਤਰ ਮੇਰੇ ਭਰਾ ਵੀਰ ਜਿਹੜੇ ਡਾਕਟਰ ਵੀਰ ਵੇਖਣਗੇ ਧਿਆਨ ਦੇਣ ਮੇਰੀ ਗੱਲ ਵੱਲ, ਕਿ ਜਿਹੜਾ ਔਕਸੀ ਟੀਕਾ ਵਾ ਉਹ ਅਨਸੇਫ ਆ, ਅਤੇ ਇਹਨੂੰ ਘੱਟੋ ਘੱਟ 100-150 ml ਔਕਸੀ NS ਦੇ ਵਿੱਚ ਦਿੱਤਾ ਗਿਆ ਸੀ, ਅਤੇ ਮੱਝ ਦੀ ਚਲੋ ਉਹ ਤਾਂ ਬਚ ਗਈ ਜਾਣ, ਮੋੜਾ ਪੈ ਗਿਆ, ਪੱਠੇ ਖਾ ਰਹੀ ਆ, ਤੁਹਾਡੇ ਸਾਹਮਣੇ ਠੀਕ ਠਾਕ ਆ ਬਿਲਕੁਲ, ਪਰ ਦੂਜੀ ਗੱਲ ਇਹ ਕਿ ਇਹਦਾ ਜਿਹੜਾ ਗਰਭ ਵਾਲਾ ਸੀ ਉਹ ਵੀ ਥੋੜ੍ਹਾ ਇਹਨੇ ਮੇਲਾ ਮੂਲਾ ਕਰਾਇਆ ਵਾ, ਉੱਧਰ ਵੀ ਡਰ ਸੀ ਥੋੜ੍ਹਾ ਜਿਹਾ, ਚਲੋ ਉਹਦੀ ਮਿਹਰ ਨਾਲ ਆਪਾਂ ਠੰਡਾ ਟੀਕਾ ਵਗੈਰਾ ਨੂੰ ਟਾਈਮ ਨਾਲ ਲਾਤਾ ਸੀ, ਅਤੇ ਰੋਕੀ ਹੁਣ ਤੱਕ ਠੀਕ ਹੈ ਇਹਦੀ ਕੰਡੀਸ਼ਨ, ਬਾਬਾ ਮਿਹਰ ਰੱਖੇ ਅਤੇ ਠੀਕ ਹੀ ਰਹੇ ਹੈ ਨਾ, ਬਾਕੀ ਇਹ ਕਿ ਮੱਝ ਦੀ ਜਾਨ ਬਚ ਗਈ ਆ, ਮੈਂ ਰਾਤ 11 ਦੇ ਕਰੀਬ ਇੱਥੇ ਪਹੁੰਚਿਆ ਸੀ, ਜਿੱਦਣ ਪਰਸੋਂ 14 ਦੀ ਗੱਲ ਆ, ਪਰਸੋਂ ਦੀ ਗੱਲ ਆ, ਮੈਂ ਰਾਤ 11 ਵਜੇ ਇੱਥੇ ਪਹੁੰਚਿਆ ਸੀ, ਚਲੋ ਮੈਂ ਚੈੱਕਅਪ ਇਹਦਾ ਕੀਤਾ ਸੀ, ਜੋ ਵੀ ਅੱਖ ਉੱਖ ਪੱਟ ਕੇ ਦੇਖੀ, ਟੈਂਪਰੇਚਰ ਦੇਖਿਆ, ਜੋ ਵੀ ਮੈਂ ਆਪਣਾ ਡਾਇਗਨੋਸ ਇਹਦਾ ਕੀਤਾ ਹੈ ਨਾ, ਤਾਂ ਮੇਰੇ ਸਾਹਮਣੇ ਤਾਂ ਚਲੋ ਜਿਸ ਤਰ੍ਹਾਂ ਫੀਵਰ ਉੱਤਰ ਚੜ੍ਹ ਰਿਹਾ ਸੀ ਇਹਦਾ, ਅਤੇ ਮੈਂ ਆਪਣੇ ਤਜਰਬੇ ਐਕਸਪੀਰੀਅੰਸ ਦੇ ਦੁਆਰਾ ਇਹਦਾ ਹੈ ਨਾ ਜੋ ਵੀ ਮੇਰੇ ਸਾਹਮਣੇ ਆਇਆ, ਮੇਰੇ ਸਾਹਮਣੇ ਥਲੇਰੀਆ ਜਿਹੜਾ ਆਪਣਾ ਪ੍ਰੋਟੋਜੋਆ ਫੀਵਰ ਆ ਉਹ ਆਇਆ ਗਿਆ, ਉਹ ਪਾਇਆ, ਅਤੇ ਫਿਰ ਮੈਂ ਉਹਦਾ ਟ੍ਰੀਟਮੈਂਟ ਰਾਤ ਹੀ ਕੀਤਾ ਇਹਦਾ, ਅਤੇ ਬਾਕੀ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਚਲੋ ਜੋ ਵੀ ਆਪਾਂ ਟ੍ਰੀਟਮੈਂਟ ਕੀਤਾ ਠੀਕ ਆ, ਅਤੇ ਬਹੁਤ ਇਹਦੀ ਮੱਝ ਦੀ ਜਾਨ ਵਿਚਾਰੀ ਦੀ ਤੰਗ ਸੀ, ਅਤੇ ਮੈਨੂੰ ਮਜਬੂਰਨ ਰਾਤ ਆਉਣਾ ਪਿਆ, ਕਿਉਂਕਿ ਮੈਨੂੰ ਪੈਸੇ ਦੇ ਨਾਲ ਨਹੀਂ, ਆਪਾਂ ਨੂੰ ਮੱਝ ਦੀ ਜਾਨ ਦੇ ਜਾਨ ਜ਼ਰੂਰੀ ਸੀ, ਇਹ ਕਰਕੇ ਆਪਣੀ ਜਾਨ ਬਚਾਉਣੀ ਜ਼ਰੂਰੀ ਸੀ, ਅਤੇ ਅੱਜ ਚਲੋ ਕਾਫੀ ਮੋੜਾ ਪੈ ਚੁੱਕਿਆ ਵਾ, ਇਹ ਹੈ ਕਿ 10-15 ਦਿਨ ਤੱਕ ਐਕਟਿਵ ਹੋ ਜੂਗੀ, ਬਿਲਕੁਲ ਕਾਇਮ ਹੋ ਜੂਗੀ ਇਹ ਮੱਝ, ਅਤੇ ਬਾਕੀ ਇਹਦੀ ਰਿਪੋਰਟ ਵੀ ਕੀਤੀ ਗਈ ਸੀ ਮੇਰੇ ਤੋਂ ਪਹਿਲਾਂ, ਅਤੇ ਰਿਪੋਰਟ ਦੇ ਵਿੱਚ ਬਲੱਡ 11 ਗ੍ਰਾਮ ਤੋਂ 6 ਗ੍ਰਾਮ ਇਹਦਾ ਹੋ ਚੁੱਕਾ ਸੀ, ਬਲੱਡ ਕਾਫੀ ਡਾਊਨ ਹੋ ਚੁੱਕਾ ਇਹਦਾ, ਅਤੇ ਇੱਕ ਮੈਨੂੰ ਸ਼ੱਕ ਪਾਉਂਦਾ ਬਲੱਡ ਡਾਊਨ, ਰਿਪੋਰਟ ਦੇ ਵਿੱਚ ਹੋਰ ਕੁਝ ਨਹੀਂ ਆਇਆ, ਬਲੱਡ ਡਾਊਨ ਆਇਆ, ਬਾਕੀ ਓਕੇ ਰਿਪੋਰਟ ਉਹਨਾਂ ਨੇ ਬਣਾਈ, ਅਤੇ ਬਲੱਡ ਤੋਂ ਸ਼ੱਕ ਪਿਆ ਮੈਨੂੰ ਟੈਂਪਰੇਚਰ ਉੱਤਰਨਾ ਚੜ੍ਹਨਾ, ਜਿਹੜੇ ਵੀਰ ਮੇਰੇ ਤੋਂ ਪਹਿਲਾਂ ਡਏ ਕਹਿਣ ਮੈਨੂੰ ਆਉਂਦੇ ਕਿ ਇਹਨੂੰ ਥਲੇਰੀਆ ਨਹੀਂ ਹੋ ਸਕਦਾ ਜਾਂ ਕਿਵੇਂ ਆ ਕਿੱਦਾਂ ਕਿਵੇਂ ਆ ਹੈ ਨਾ ਜੋ ਵੀ ਆ, ਅਤੇ ਬਾਕੀ ਮੈਂ ਆਪਣੇ ਐਕਸਪੀਰੀਅੰਸ ਦੇ ਆਧਾਰ 'ਤੇ ਰਿਪੋਰਟ ਇੱਕ ਅਲੱਗ ਚੀਜ਼ ਹੋ ਗਈ, ਕਿਉਂਕਿ ਰਿਪੋਰਟ ਨੂੰ ਮੈਂ ਨਹੀਂ ਮੰਨਿਆ, 6 ਗ੍ਰਾਮ ਖੂਨ ਹੀ ਬੁਖਾਰ ਉੱਤਰ ਚੜ੍ਹ ਰਿਹਾ ਸੀ, ਥਲੇਰੀਆ ਸਾਹਮਣੇ ਆ ਰਿਹਾ ਹੈ ਪ੍ਰੋਟੋਜੋਆ ਫੀਵਰ, ਅਤੇ ਮੈਂ ਉਹਦੇ ਆਧਾਰ 'ਤੇ ਇਹਦਾ ਟ੍ਰੀਟਮੈਂਟ ਕੀਤਾ ਹੈ, ਬਾਕੀ ਬਿਲਕੁਲ ਠੀਕ ਹੈ ਮੱਝ ਅੱਜ, ਅਤੇ ਜੇ ਮਤਲਬ ਆਪਾਂ ਪਹਿਲੇ ਤਰੀਕਿਆਂ ਨਾਲ ਚੱਲਦੇ ਰਹਿੰਦੇ ਤਾਂ ਇਹ ਮੱਝ ਦੀ ਜਾਨ ਹੋ ਸਕਦਾ ਨਾ ਬਚਦੀ, ਅਤੇ ਚਲੋ ਉਹਦੀ ਮਿਹਰ ਆ ਸੱਚੇ ਪਾਤਸ਼ਾਹ ਦੀ, ਉਹਨੇ ਸਾਨੂੰ ਮੱਤ ਬਖਸ਼ੀ ਆ, ਉਹਨੇ ਸਾਨੂੰ ਐਕਟਿਵ ਕੀਤਾ, ਦਿਮਾਗ ਦਿੱਤਾ, ਬਿਮਾਰੀ ਨੂੰ ਪਰਖਣ ਦਾ ਐਕਸਪੀਰੀਅੰਸ ਦਿੱਤਾ ਹੈ ਨਾ, ਜੋ ਵੀ ਸੋਚ ਦਿੱਤੀ ਦਿਮਾਗ ਦਿੱਤਾ,
ਉਹਦੇ ਆਧਾਰ 'ਤੇ ਆਪਾਂ ਮੱਝ ਦੀ ਜਾਨ ਬਚਾਈ। ਬਾਕੀ ਚਲੋ ਆਪਾਂ ਫਾਰਮਰ ਦੇ ਨਾਲ ਵੀ ਗੱਲ ਕਰਾਂਗੇ ਕਿ ਕਿਵੇਂ ਆ, ਹੈ ਨਾ, ਕਿੱਦਾਂ ਵਾ। ਪਹਿਲਾਂ ਹਾਲਾਤ ਕੀ, ਜਿੱਦਣ ਮੈਂ ਆਇਆ ਉੱਦਣ ਸਿਰ ਸੱਟ ਕੇ ਬੈਠੀ ਅਤੇ 104 ਤੋਂ ਉੱਪਰ ਟੈਂਪਰੇਚਰ ਆ ਰਿਹਾ ਰਾਤ 11 ਵਜੇ। ਤਾਂ ਚਲੋ ਅੱਜ ਹੁਣ ਇਹਦਾ ਨੋਰਮਲ ਹੀ ਹੈ ਇੱਕ ਹਿਸਾਬ ਦਾ ਟੈਂਪਰੇਚਰ। ਅੱਜ ਵੀ ਮੈਂ ਇੰਜੈਕਸ਼ਨ ਇਹਨੂੰ ਦਿੱਤੇ ਨੇ, ਬਾਕੀ ਆਪਾਂ ਬਿਲਕੁਲ ਓਕੇ ਕਰ ਦੇਣੀ ਆ ਮੱਝ। ਓਕੇ ਹੋ ਹੀ ਗਈ ਆ ਤੁਹਾਡੇ ਸਾਹਮਣੇ, ਪੱਠੇ ਛੱਡ ਚੁੱਕੀ ਸੀ ਬਿਲਕੁਲ, ਅਤੇ ਬਿਲਕੁਲ ਪੱਠੇ ਛੱਡ ਚੁੱਕੀ ਸੀ। ਇਕੱਲੀ ਔਕਸੀ ਅਤੇ ਐੱਨ ਐੱਸ ਦੇ ਨਾ ਰਿਹਾ ਕਰੋ, ਥੋੜ੍ਹਾ ਡਾਇਗਨੋਸ ਕਰਕੇ ਜਾਨਵਰ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਿਆ ਕਰੋ। ਚੈੱਕਅਪ ਵਧੀਆ ਤਰੀਕੇ ਨਾਲ ਕਰੋ ਕਿ ਜਾਨਵਰ ਦੀ ਜਾਨ ਬਚ ਜਾਏ, ਹੈ ਨਾ। ਅਤੇ ਬਾਕੀ ਆਪਾਂ, ਮੈਂ ਖੜ੍ਹਾ ਵਾਂ ਪਿੰਡ ਬਰੀਲਾ, ਇਹ ਕਿਹੜਾ ਪਿੰਡ ਜੀ, ਅਗਵਾਨ ਪਿੰਡ ਆ, ਕਲਾਨੌਰ ਦੇ ਨੇੜੇ ਆਪਣੇ, ਕਲਾਨੌਰ ਦੇ ਨੇੜੇ ਅਗਵਾਨ ਪਿੰਡ ਆ ਜਿੱਥੇ ਫਾਰਮਰ ਦੀ ਮੱਝ ਆ। ਚਲੋ ਆਪਾਂ ਨੂੰ ਮੱਝ ਦੀ ਜਾਨ ਜ਼ਰੂਰੀ, ਜਾਨ ਬਚ ਚੁੱਕੀ ਆ, ਜਾਨ ਦੇ ਨਾਲ ਨਾਲ ਬੱਚਾ ਵੀ ਬਚਾਇਆ ਵਾ ਹੁਣ ਤੱਕ, ਮੇਰੇ ਉਹਦੀ, ਨਹੀਂ ਤਾਂ ਬੱਚੇ ਦਾ ਵੀ ਕੰਮ ਖਰਾਬ ਹੋ ਜਾਣਾ ਸੀ। ਬੱਚੇ ਦੇ ਨਾਲ ਨਾਲ ਮੱਝ ਦੀ ਵੀ ਜਾਨ ਜਾਣੀ, ਆਪਾਂ ਦੋਵਾਂ ਦੀ ਜਾਨ ਬਚਾ ਦਿੱਤੀ, ਠੀਕ ਹੈ ਨਾ। ਬਾਕੀ ਆਪਾਂ ਫਾਰਮਰ ਦੇ ਨਾਲ ਵੀ ਕਰਾਂਗੇ ਗੱਲਬਾਤ, ਸੁਣਿਓ ਸਾਰੀ ਗੱਲਬਾਤ ਕਿਵੇਂ ਲੱਗੀ। ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਹਾਂਜੀ ਵੀਰ ਜੀ, ਆਪਣਾ ਕਿੰਨੇ ਦਿਨ ਹੋ ਗਏ ਮੱਝ ਬਿਮਾਰ ਹੋਈ ਨੂੰ? ਅੱਠ ਨੌ ਦਿਨ ਹੋ ਗਏ ਅੱਜ ਬਿਮਾਰ ਹੋਈ ਨੂੰ, ਤੇ ਕਿਵੇਂ ਇਹਦਾ ਇਲਾਜ ਚੱਲਣ ਡਿਆ ਸੀ ਆਪਣੇ ਤੋਂ ਪਹਿਲਾਂ ਕਿੱਦਾਂ? ਠੀਕੇ ਠਾਕੇ ਤਾਂ, ਬਥੇਰੇ ਲਾਏ, ਗੁਲੂਕੋਸ਼ ਵੀ ਲਾਏ, ਪਰ ਗੱਲ ਨਹੀਂ ਬਣੀ। ਜਿੱਦਾਂ ਤੁਸੀਂ ਰਾਤ ਲਿਆਂਦਾ ਤੁਹਾਨੂੰ 11 ਵਜੇ, ਮੈਨੂੰ ਰਾਤ ਕਿੰਨੇ ਵਜੇ ਲੈ ਕੇ ਆਏ? 11 ਵਜੇ ਤਕਰੀਬ। ਅੱਛਾ 11 ਵਜੇ, ਤੇ ਕਿੰਨੇ ਦੱਸਿਆ ਸੀ ਆਪਣੇ ਵੱਲੋਂ? ਇਹ ਅਸੂਲ ਘਰੋਂ ਜੇ ਆਪਣੇ ਰਿਸ਼ਤੇਦਾਰ ਹੀ ਹੈ ਨਾ ਜਿਨ੍ਹਾਂ ਨੇ ਦੱਸਿਆ, ਉਹਨਾਂ ਨੇ ਦੱਸਿਆ ਆਪਣੇ ਵੱਲੋਂ ਕਿ ਚਲੋ ਹੈ ਨਾ ਮੁੰਡੇ ਨੂੰ ਉਹਨੂੰ ਸੱਦੋ। ਕਿਵੇਂ? ਅਸੀਂ ਗੁਰਦਾਸਪੁਰ ਖਾਣ ਲੱਗੇ ਹਾਂ ਅਗਲੇ ਦਿਨ। ਅੱਛਾ ਗੁਰਦਾਸਪੁਰ ਲੱਗੇ? ਹਾਂਜੀ, ਤੁਹਾਡਾ ਪਤਾ ਲੱਗਾ ਤੇ ਉੱਥੇ ਗਏ। ਹਾਂ ਹਾਂ, ਚਲੋ ਮਹਾਰਾਜ ਬੋਲੋ, ਕੋਈ ਨਹੀਂ ਦੱਸੋ ਗੱਲਬਾਤ ਸਾਰੀ, ਕੋਈ ਮਹਾਰਾਜ ਦੀ ਕਿਰਪਾ। ਹਾਂ ਹੁਣ ਠੀਕ ਆ, ਮੱਝ ਪੱਠੇ ਖਾਣ ਡੀ ਆ, ਐਕਟਿਵ ਆ। ਬਾਕੀ ਕੀ ਯਕੀਨ ਹੀ ਇਹ ਮੁੰਡੇ ਦੇ ਆਪਣੇ ਦਾ ਜਿਹੜਾ ਆ? ਯਕੀਨ ਕਰਕੇ ਇਲਾਜ ਕਰਵਾਇਆ ਜੀ। ਯਕੀਨ ਹੀ ਨਹੀਂ? ਹਾਂ ਯਕੀਨ। ਤੇ ਮਿਹਨਤ ਦਾ ਆਪਣੀ ਦਾ ਮੁੱਲ ਮੁੜਿਆ ਨਾ? ਮੁੜ ਗਿਆ। ਤੇ ਕੀ ਕਿਵੇਂ ਆ ਤਜਰਬਾ, ਐਕਸਪੀਰੀਅੰਸ ਕਿਵੇਂ ਲੱਗਦਾ ਮੁੰਡੇ ਦਾ? ਸਾਡੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਜੀ, ਆ ਜਿਹੜਾ ਸਾਡਾ ਡੰਗਰ ਬਚ ਗਿਆ, ਬਸ ਜਾਨ ਬਚ ਗਈ ਹੈ ਨਾ। ਮੈਂ ਵੀ ਉਦੋਂ ਰਾਤ ਤਾਂ ਹੀ ਆਇਆ ਕਿ ਇਹਦੀ ਜਾਨ ਬਚੇ। ਜਾਨ ਪੈਸਿਆਂ ਦਾ ਕੋਈ ਆਪਾਂ ਚੱਕਰ ਗੱਲਬਾਤ ਨਹੀਂ ਨਾ ਕੀਤੀ, ਬਹੁਤੀ ਆਪਣੀ ਮਰਜ਼ੀ ਨਾਲ ਜਾਂ ਜੋ ਵੀ ਤੁਸੀਂ ਹੈ ਨਾ ਖੁਸ਼ੀ ਨਾਲ ਜਿਵੇਂ ਵੀ ਆ, ਹੈ ਨਾ। ਬਾਕੀ ਆਪਣਾ ਮਕਸਦ ਹੀ ਇਹਦੀ ਜਾਨ ਬਚਾਉਣਾ, ਤੇ ਜਾਨ ਇਹਦੀ ਵਿਚਾਰੀ ਦੀ ਬਚ ਗਈ ਆ, ਠੀਕ ਹੈ ਨਾ। ਬਾਕੀ ਕੀ ਫਰਕ ਕੋਈ ਜਾਪਦਾ, ਮਤਲਬ ਢਿੱਲੋਂ ਸਾਹਿਬ ਤੇ ਬਾਕੀ ਜੋ ਵੀ ਆ ਆਪਣੇ, ਕੋਈ ਇਹਨਾਂ 'ਚ ਕੀ ਫਰਕ ਜਾਪਦਾ? ਨਹੀਂ ਜੀ, ਕਾਫੀ ਜ਼ਿਆਦਾ ਫਰਕ ਆ, ਮਤਲਬ ਇੰਨਾ ਨਹੀਂ ਵੀ ਜ਼ਿਆਦਾ ਫਰਕ ਆ। ਜ਼ਿਆਦਾ ਫਰਕ, ਸਪੀਡ ਜ਼ਿਆਦਾ ਆ, ਠੀਕ ਆ, ਵਧੀਆ ਆ। ਜਿੰਨੀ ਤਾਂ ਅਸੀਂ ਉਦਣ ਦਿਲ ਛੱਡ ਗਏ ਹਾਂ, ਦਿਲ ਛੱਡ ਹੀ ਗਏ ਜਿੱਦਣ ਮੈਂ ਰਾਤ ਆਇਆ ਸੀ ਉਦਣ, ਕੀ ਕੰਡੀਸ਼ਨ ਸੀ ਇਹਦੀ, ਹੈ ਨਾ। ਤੇ ਅੱਜ ਵੇਖੋ ਹੁਣ ਤੁਹਾਡੇ ਸਾਹਮਣੇ ਪੱਠੇ ਮਾੜੇ ਮਾੜੇ ਖਾਂਦੀ ਜਾ ਰਹੀ ਆ ਤੇ ਗਾਲੀ ਕਰਨ ਡਈ ਆ, ਬਿਲਕੁਲ ਜਾਨ ਬਚ ਗਈ ਆ, ਨਾਲ 7 ਮਹੀਨਿਆਂ ਦੀ ਗੱਭਣ ਵੀ ਜਾ ਰਹੀ ਆ, ਹੈ ਨਾ। ਤੇ ਬਾਕੀ ਵਧੀਆ ਲੱਗਦਾ ਵੀਰ ਦਾ ਕੰਮ ਕਰ ਆਪਣੇ ਦਾ, ਵਧੀਆ ਜੀ, ਠੀਕ ਆ ਜੀ। ਹੋਰਨਾਂ ਨੂੰ ਵੀ ਦੱਸਣ ਵਾਲੇ ਬਣਾਂਗੇ, ਕਿਉਂਕਿ ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿ ਜਾਨਵਰ ਦੀ 3-4 ਜਣੇ ਪਹਿਲਾਂ ਲੱਗੇ ਰਹਿਣ, ਫਿਰ ਆਪ ਆਣ ਕੇ ਕਰ ਦੇਣਾ, ਕਰਕੇ ਦਿਖਾਉਣਾ, ਇਹ ਵੱਡੀ ਗੱਲ ਹੈ, ਹੈ ਨਾ। ਅਤੇ ਇਹ ਚੀਜ਼ ਹੈ, ਰਿਆਲਿਟੀ ਹੈ ਚੀਜ਼ ਦੀ, ਹੈ ਨਾ, ਕੋਈ ਇਹਦੇ ਵਿੱਚ ਫੇਕ ਗੱਲਬਾਤ ਨਹੀਂ ਨਾ ਆਪਣੀ। ਅਤੇ ਸਾਹਮਣੇ ਆਪਣਾ ਇੱਕ ਵਾਰੀ ਪਿੰਡ ਅਗਵਾਨ ਆ ਨਾ, ਪਿੰਡ ਅਗਵਾਨ ਕਲਾਨੌਰ ਦੇ ਲਾਗੇ, ਅਤੇ ਬਾਕੀ ਵਧੀਆ ਕੰਮ ਕਰ, ਆਪਾਂ ਇੰਨੀ ਗੱਲ ਮੁਕਾ ਦੇਣੀ, ਬਹੁਤੀ ਲੰਮੀ ਨਹੀਂ ਕਰਨੀ, ਹੈ ਨਾ। ਅਤੇ ਠੀਕ ਹੈ, ਹੁਣ ਠੀਕ ਹੈ, ਥੋੜ੍ਹਾ ਇਹ ਹੈ ਕਿ ਜਿਹੜੀ ਮਾੜੀ ਮੋਟੀ ਕਸਰ ਹੈ ਉਹ ਵੀ ਇਹਦੀ ਨਿਕਲ ਜੂਗੀ। ਅੱਜ ਫਿਰ ਆਪਾਂ ਇੰਜੈਕਸ਼ਨ ਇਹਨੂੰ ਲਾ ਦਿੱਤੇ ਨੇ, ਭੁੱਖ ਭਾਕੇ ਦਾ ਮਾੜਾ ਮੋਟਾ ਜੋ ਵੀ ਆ ਸੈੱਟ ਹੋ ਜੂਗਾ, ਠੀਕ ਹੈ ਜੀ। ਬਾਕੀ ਸਤਿ ਸ੍ਰੀ ਅਕਾਲ ਬੁਲਾ ਦਈਏ ਆਪਣੇ ਵੇਖਣ ਵਾਲਿਆਂ ਨੂੰ ਇੱਕ ਵਾਰੀ।
ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਆ ਜੇ ਬਾਕੀ ਕੋਈ ਗੱਲ ਨਹੀਂ ਵੀਰ ਜੀ, ਆਪਣਾ ਧੰਨਵਾਦ ਬਹੁਤ ਬਹੁਤ ਤੁਹਾਡਾ। ਬਾਕੀ ਆਪਾਂ ਇੰਨੀ ਕੀ ਗੱਲ ਕਰਨੀ, ਤੁਹਾਡੇ ਸਾਹਮਣੇ ਫਾਰਮਰ ਵੀਰ ਨੂੰ ਲੈਣ ਤਾ, ਠੀਕ ਹੈ ਨਾ, ਤੁਹਾਨੂੰ ਪਤਾ 8-9 ਦਿਨ ਤੋਂ ਦੱਸਣ ਡੇ ਹੈ ਨਾ ਬਿਮਾਰ ਚੱਲਣ ਦੀ। ਬਾਕੀ ਮਿਹਰ ਆ ਸੱਚੇ ਪਾਤਸ਼ਾਹ ਦੀ, ਉਹਦੀ ਕਿਰਪਾ ਵਾ ਜਿਹਨੇ ਸਾਨੂੰ ਮੱਤ ਬਖਸ਼ੀ ਆ, ਜਿਹਨੇ ਸਾਨੂੰ ਐਕਟਿਵ ਕੀਤਾ ਇਹਨਾਂ ਜਾਨਵਰਾਂ ਨੂੰ, ਇਹਨਾਂ ਦਾ ਡਾਇਗਨੋਜ਼ ਕਰਨ ਲਈ। ਬਾਕੀ ਜਿੰਨੇ ਵੀ ਵੀਰ ਭਰਾ ਪਹਿਲਾਂ ਲੱਗੇ ਰਹੇ ਅਤੇ ਇੱਦਾਂ ਹੀ ਬਸ ਆਕਸੀਜਨ ਐਨ ਐੱਸ ਹੋਰ ਪਤਾ ਨਹੀਂ ਕੀ ਲਾਉਂਦੇ ਰਹੇ, ਅਤੇ ਮੱਝ ਦੀ ਬਿਲਕੁਲ ਕੰਡੀਸ਼ਨ ਖਰਾਬ ਹੋ ਚੁੱਕੀ ਸੀ ਜਿੱਦਣ ਮੈਂ ਰਾਤ ਆਇਆ। ਅਤੇ ਅੱਜ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਤੁਹਾਡੇ ਭਰਾ ਨੇ ਵੀ ਰਿਕਾਰਡ ਹੀ ਤੋੜਿਆ। ਜ਼ਰੂਰੀ ਨਹੀਂ ਹਰ ਵਾਰੀ ਹੁੰਦਾ ਕਿ ਯਾਰ ਰਿਪੀਟਰ ਦੀ ਵੀਡੀਓ ਹੀ ਆਪਾਂ ਲਈ ਆਉਣੀ ਆ, ਹੈ ਨਾ, ਰਿਪੀਟਰ ਦੀ ਵੀਡੀਓ ਉਹ ਰਿਕਾਰਡ ਟੁੱਟਦੇ ਰਹਿਣੇ ਆ, ਪਰ ਇਹ ਵੀ ਇੱਕ ਰਿਕਾਰਡ ਆ, ਕਿਉਂਕਿ ਇੱਕ ਤੁਹਾਨੂੰ ਅਲੱਗ ਚੀਜ਼ ਦਿਖਾਉਣਾ ਮੈਂ ਆਪਣੇ ਟ੍ਰੀਟਮੈਂਟ ਦੀ, ਤੁਹਾਨੂੰ ਮੈਂ ਦੱਸਿਆ ਕਿ ਉਹ ਚੀਜ਼ ਦਾ ਆਪਣਾ ਐਕਸਪੀਰੀਅੰਸ ਅਤੇ ਟ੍ਰੀਟਮੈਂਟ 'ਚ ਆਪਣਾ ਐਕਸਪੀਰੀਅੰਸ ਕਿਵੇਂ ਆ, ਉਹ ਤੁਹਾਨੂੰ ਅੱਜ ਪਤਾ ਲੱਗ ਹੀ ਗਿਆ ਹੋਣਾ ਵਾ। ਬਾਕੀ ਮੇਰੇ ਭਰਾ ਜਿੰਨੇ ਵੀ ਨੇ ਅੱਜ ਕਮੈਂਟ ਲਾਈਕ ਅਤੇ ਸ਼ੇਅਰ ਜ਼ਰੂਰ ਕਰਨ ਅਤੇ ਦੱਸਣ ਢਿੱਲੋਂ ਭਰਾ ਬਾਰੇ ਕੀ ਕਹਿਣਾ ਚਾਹੁੰਦੇ ਨੇ, ਅਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਵਾ। ਲਾਈਕ ਤਾਂ ਤੁਸੀਂ ਕਰਦੇ ਕਰਦੇ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨੀ ਹੈ ਵੀਡੀਓ, ਕਿਉਂਕਿ ਇਹ 'ਤੇ ਵਿਊ ਆਉਣੇ ਜ਼ਰੂਰੀ ਆ, ਕਿਉਂਕਿ ਜਾਨ ਬਚੀ ਆ ਜਾਨਵਰ ਦੀ, ਰਿਐਲਿਟੀ ਇੱਕ। ਫਿਰ ਦੱਸ ਦਿੰਦੇ ਹਾਂ, ਕਲਾਨੌਰ ਜ਼ਿਲ੍ਹਾ ਆਪਣਾ ਗੁਰਦਾਸਪੁਰ, ਕਲਾਨੌਰ ਦੇ ਲਾਗੇ ਪਿੰਡ ਆ ਗਵਾਣ, ਬਿਲਕੁਲ ਬਾਰਡਰ ਦੇ ਲਾਗੇ ਪਿੰਡ ਪੈਂਦਾ ਵਾ। ਅਤੇ ਮੈਂ ਰਾਤ ਗੱਡੀ 'ਚ ਮਤਲਬ ਇੱਥੇ ਆਇਆ, ਆਪਣਾ ਇੱਥੋਂ 1.5 ਕਿਲੋਮੀਟਰ ਹੋਣਾ ਭਾ ਜਿਹੜੀ ਲੈਣ ਹੈ ਆਪਣੀ ਪਾਕਿਸਤਾਨ ਵਾਲੀ, ਹੈ ਨਾ। ਅਤੇ ਬਾਕੀ ਉਹਦੀ ਕਿਰਪਾ ਧੰਨ ਗੁਰੂ ਰਾਮਦਾਸ ਦੀ ਬੜੀ, ਕਿ ਜਿਹੜੇ ਜਿੱਥੇ ਹੱਥ ਪਾਲੀਏ ਉਹਨੂੰ ਕਾਇਮ ਕਰੀਦਾ ਵਾ, ਉਹਦਾ ਨਾਂ ਲੈ ਕੇ ਕੰਮ ਕਰੀਦਾ ਵਾ। ਨਾ ਕੋਈ ਉਸਤਾਦ, ਨਾ ਕੋਈ ਚੇਲਾ, ਬਸ ਇਕੱਲਾ ਹੀ ਆਇਆ ਢਿੱਲੋਂ ਅਤੇ ਇਕੱਲਾ ਹੀ ਕਰ ਗਿਆ। ਬਾਕੀ ਜਿੰਨੇ ਮਰਜ਼ੀ ਉਸਤਾਦ ਚੇਲੇ ਲੱਗੇ ਰਹਿਣ, ਢਿੱਲੋਂ ਸਾਹਿਬ ਇਕੱਲੇ ਹੁੰਦੇ ਆ, ਨਾ ਚੇਲਾ ਹੁੰਦਾ ਨਾ ਕੋਈ ਉਸਤਾਦ ਹੁੰਦਾ। ਮੈਂ ਉਸਤਾਦ ਉਹਨੂੰ ਸੱਚੇ ਪਾਤਸ਼ਾਹ ਨੂੰ ਉੱਪਰ ਵਾਲੇ ਨੂੰ ਮੰਨਦਾ ਬਸ, ਅਤੇ ਉਹਦੀ ਕਿਰਪਾ ਨਾਲ ਇਹ ਮੱਝ ਠੀਕ ਕਰਤੀ ਆ। ਬਾਕੀ ਚਲੋ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਧੰਨਵਾਦ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।